ਮਾਲਵਾ ਬੈਡਲੀ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਪੈਨਪਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਮਤਲਬਪੂਰਨ ਰਹਿਣ ਵਾਲੀ ਹੈ ਤੇ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਮੋਟੀਵੇਸ਼ਨਲ ਕੋਟਾ ਬੰਦਾ ਹੀ ਹੈ ਕਹਿੰਦੇ ਹੌਲੀ-ਹੌਲੀ ਹਾਸਿਲ ਕਰ ਹੀ ਲਵਾਂਗੇ ਮੰਜ਼ਿਲ ਕਹਿੰਦੇ ਹੌਲੀ-ਹੌਲੀ ਹਾਸਿਲ ਕਰ ਹੀ ਲਵਾਂਗੇ ਮੰਜ਼ਿਲ ਠੋਕਰਾਂ ਹੀ ਲੱਗੀਆਂ ਨੇ ਪਰ ਡਿੱਗੇ ਤਾਂ ਨਹੀਂ ਬਹੁਤ ਹੀ ਸੋਹਣੀਆਂ ਸੱਤਰਾਂ ਬਹੁਤ ਹੀ ਕਹਿੰਦਾ ਆਪਾਂ ਪ੍ਰਭਾਵ ਪਾਈਆਂ ਤੁਹਾਡੇ ਮਨ ਉਤੇ ਵੀ ਠੋਕਰਾਂ ਜ਼ਰੂਰ ਲੱਗੀਆਂ ਆਪਾਂ ਨੂੰ 2021 ਤੋਂ ਲੈ ਕੇ 23 ਤੱਕ ਕੁਝ ਨਾ ਕੁਝ ਹੋਣਾ ਤਾਂ ਸਿੱਖਿਆ ਹਾਰੇ ਨਹੀਂ ਆ ਅਜੇ ਵੀ ਜਜ਼ਬਾ ਆਪਣੇ ਚ ਕਾਇਮ ਹੈ ਦੋਸਤੋ ਦੇਖੋ ਤੁਸੀਂ ਹੁਣ ਤਿਆਰੀ ਕਰ ਰਹੇ ਹੋ ਮਤਲਬ ਜਜ਼ਬਾ ਹੈਗਾ ਤੁਹਾਡੇ ਵਿੱਚ ਕੋਈ ਗੱਲਬਾਤ ਹੈ ਜਿਹੜੀ ਕਰਕੇ ਜਿਸ ਕਰਕੇ ਪ੍ਰਮਾਤਮਾ ਤੁਹਾਡੇ ਤੇ ਮਿਹਰ ਕਰ ਰਿਹਾ ਤੁਹਾਨੂੰ ਹਜੇ ਵੀ ਲਾਈ ਰੱਖੇ ਨੇ ਲਾਈ ਬੈਠਾ ਇਸ ਮਿਹਨਤ ਉੱਤੇ ਐ ਨਹੀਂਗਾ ਵੀ ਤੁਹਾਨੂੰ ਕਹਿ ਦਿੱਤਾ ਵੀ ਤੂੰ ਹਾਰ ਗਿਆ ਬਸ ਹੁਣ ਬੈਠ ਜਾ ਜਿੱਥੇ ਹੈਗਾ ਉੱਥੇ ਹੀ ਰਹਿ ਜਾ ਮਤਲਬ ਕਹਿਣ ਦਾ ਪਾਉ ਤੁਹਾਡੇ ਵਿੱਚ ਜਜ਼ਬਾ ਭਰਿਆ ਹੋਇਆ ਜਜ਼ਬਾਤ ਜਿਹੜੇ ਤੁਹਾਡੇ ਹੈਗੇ ਉਹ ਰਲੇ ਹੋਏ ਹੈ ਤੁਹਾਡੀ ਮਿਹਨਤ ਨਾਲ ਠੀਕ ਹੈ ਜੀ ਨਹੀਂ ਤਾਂ ਬਹੁਤ ਸਾਰੇ ਇਹੋ ਜਿਹੇ ਮੈਂ ਬੱਚੇ ਵੀ ਵੇਖੇ ਆ ਜਿਹੜੇ ਕਿ ਇੱਕ ਅੱਧੀ ਵਾਰ ਐਗਜ਼ਾਮ ਦੇ ਕੇ ਵੀ ਕਹਿੰਨ ਦਾ ਪਾਵ ਆਪਣਾ ਜਿਹੜਾ ਦਿਲ ਹੈ ਢੇਰੋ ਢੇਰੀ ਕਰ ਲੈਂਦੇ ਆ ਵੀ ਸਾਡੇ ਤੋਂ ਨਹੀਂ ਹੋਣਾ ਸਾਡੇ ਹੱਥ ਖੜੇ ਆ ਉਹ ਬੱਚੇ ਉਹੀ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਸਾਡੇ ਮਾਪਿਓ ਵਧੀਆ ਚੰਗਾ ਕਮਾਉਂਦੇ ਆ ਤੇ ਜਾਂ ਫਿਰ ਅਸੀਂ ਦਿਹਾੜੀਆਂ ਕਰ ਲਵਾਂਗੇ ਕੋਈ ਚੱਕਰ ਨਹੀਂ ਹੁਣ ਮਿਹਨਤ ਸਾਡੇ ਤੋਂ ਨਹੀਂ ਹੁੰਦੀ ਨਾ ਸਾਡਾ ਦਿਮਾਗ ਹੈਗਾ ਇਹੋ ਜੀਆਂ ਗੱਲਾਂ ਉਹੀ ਕਰਦੇ ਆ ਜਿਨ੍ਹਾਂ ਕੋਲ ਕਹਿਣ ਦਾ ਪਾਵ ਡਰਦੇ ਆ ਜਿਹੜੇ ਏ ਜੀ ਮਿਹਨਤ ਕਰਨ ਤੋਂ ਤੁਸੀਂ ਪ੍ਰਪੋਕ ਨਹੀਂ ਹੋ ਤੁਸੀਂ ਮਿਹਨਤੀ ਹੋ ਵਧੀਆ ਕਾਮਯਾਬ ਸਟੂਡੈਂਟ ਹੋ ਮੈਨੂੰ ਇਹ ਪਤਾ ਹੈ ਬਸ ਗੱਲ ਇਹ ਹੈ ਦੋਸਤੋ ਵੀ ਹੁਣ ਇੱਕ ਇੱਕ ਗੱਲ ਦੀ ਬਹੁਤ ਵੱਡੀ ਕਮੀ ਤੁਹਾਨੂੰ ਮਿਲ ਰਹੀ ਹੈ ਉਹ ਕੀ ਕਮੀ ਮਿਲ ਰਹੀ ਹੈ ਤੁਸੀਂ ਸਾਰੇ ਨੇ ਗ੍ਰੈਜੂਏਸ਼ਨ ਤੇ ਪਲੱਸ 2 ਕੀਤੀ ਹੋਈ ਹੈ ਤੁਹਾਨੂੰ ਹੁਣ ਕੋਈ ਕਹਿਣ ਵਾਲਾ ਨਹੀਂਗਾ ਸਹੀ ਦੱਸਾਂ ਸਿਰਫ ਮਾਪੀ ਹੋਈ ਹੈ ਤੁਹਾਨੂੰ ਕਹਿ ਰਿਹਾ ਜਿਹੜੇ ਵੀ ਪੜ ਲਾ ਇਹ ਤੇ ਨੌਕਰੀ ਲੱਗ ਜੇਗਾ ਜੇ ਤੁਸੀਂ ਮੰਨੋ ਸਵੇਰ ਤੋਂ ਲੈ ਕੇ ਤੁਸੀਂ ਸ਼ਾਮ ਤੱਕ ਜੇਕਰ ਫੋਨ ਦੇ ਉੱਤੇ ਰੀਲਾਂ ਵੀ ਵੇਖੋ ਨਾ ਤੁਹਾਨੂੰ ਕੋਈ ਨਹੀਂ ਕੁਝ ਕਹੂਗਾ ਜੇ ਮਾਪਿਓ ਨਾ ਕੁਝ ਕਹਿਣ ਮਾਪਿਓ ਤੇ ਲੱਗੋ ਤੁਹਾਨੂੰ ਨਾ ਕੋਈ ਤੁਹਾਡਾ ਦੋਸਤ ਮਿੱਤਰ ਨਾ ਆਂਡੀ ਗਵੰਡੀ ਨਾ ਰਿਸ਼ਤੇਦਾਰ ਤੁਹਾਨੂੰ ਕਹੂਗਾ ਵੀ ਚੱਲ ਪੜ੍ਹ ਲਾ ਯਾਰ ਤੈਨੂੰ ਨੌਕਰੀ ਲੱਗਣਾ ਹੈ ਕੱਲ ਨੂੰ ਤੇਰਾ ਵਿਆਹ ਹੋਣਾ ਹੈ ਕੱਲ ਨੂੰ ਤੂੰ ਲਾਈਫ ਚਲਾਨੀ ਅੱਗੇ ਕੋਈ ਨਹੀਂ ਕਹੂਗਾ ਤੁਸੀਂ ਭਾਵੇਂ ਜਮਾ ਕੇ ਵੇਖ ਲਿਓ ਮੇਰੀ ਇਹ ਗੱਲ ਜੇ ਤੁਸੀਂ ਗ੍ਰੈਜੂਏਟ ਹੋ ਤੁਹਾਡੇ ਮਾਪਿਓ ਵਰਕ ਕਰਦੇ ਘਰੇ ਕੋਈ ਨਹੀਂ ਹੁੰਦਾ ਤੁਸੀਂ ਹੁੰਨੇ ਹੋ ਠੀਕ ਹੈ ਤੁਸੀਂ ਕੋਸ਼ਿਸ਼ ਕਰਿਓ ਵੀ ਠੀਕ ਹੈ ਜੀ ਤੁਸੀਂ ਕਹੋਗੇ ਯਾਰ ਮੈਂ ਤਾਂ ਅੱਜ ਮজা ਕੀਤਾ ਰੀਲਾਂ ਵੇਖੀਆਂ ਇੰਜੋਏ ਕੀਤਾ ਦੋਸਤਾਂ ਨਾਲ ਵੀਡੀਓ ਕਾਲਾਂ ਕੀਤੀਆਂ ਮਤਲਬ ਤੁਹਾਨੂੰ ਪਿੱਛੇ ਤੁਹਾਡੇ ਪਿੱਠ ਤੇ ਸਪੋਰਟ ਕੋਈ ਕਰਨ ਨੂੰ ਹੈ ਨਹੀਂ ਇਸ ਕਰਕੇ ਤੁਸੀਂ ਇਹ ਸੋਚਦੇ ਹੋ ਵੀ ਕਹਿੰਦਾ ਪਾਬ ਅਸੀਂ ਹੁਣ ਵਧੀਆ ਜੀ ਰਹੇ ਆ ਲਾਈਫ ਪਰ ਦੋਸਤੋ ਇੱਕ ਦਿਨ ਇਹੀ ਸਮਾਂ ਤੁਹਾਨੂੰ ਢਾ ਲੈਣਾ ਠੀਕ ਹੈ ਜੀ ਤੁਸੀਂ ਕਹਿੰਦਾ ਪਾਬ ਇਹੀ ਮਿਹਨਤ ਦੁੱਗਣੀ ਕਰਨੀ ਪੈਣੀ ਉਦੋਂ ਵੀ ਕੱਲੇ ਤੁਸੀਂ ਹੋਵੋਗੇ ਬਾਕੀ ਤਾਂ ਐਸ਼ ਕਰ ਰਹੇ ਹੋਣਗੇ ਜਿਵੇਂ ਤੁਸੀਂ ਬੈਠ ਕੇ ਉਦੋਂ ਕਰ ਰਹੇ ਸੀ ਠੀਕ ਹੈ ਜੀ ਸੋ ਇਸੇ ਕਰਕੇ ਇਹ ਚੀਜ਼ ਨੂੰ ਮੰਨਿਆ ਕਰੋ ਤੇ ਹੁਣ ਤਿਆਰੀ ਖੁਦ ਆਪਣੇ ਆਪ ਨੂੰ ਹਿੰਮਤ ਦੇਣੀ ਆ ਮਾਪਿਓ ਨੇ ਤਾਂ ਬਹੁਤ ਕਹਿ ਲਿਆ ਹੁਣ ਆਪਣੇ ਆਪ ਨੂੰ ਹਿੰਮਤ ਜਗਾ ਕੇ ਫਿਰ ਪੜਨ ਬੈਠਣਾ ਸੋ ਦੋਸਤੋ ਦੇਖੋ 2024 ਦਾ ਕੌਨਸਟੇਬਲ ਦਾ ਪੇਪਰ ਹੈ ਤੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਮੈਂ ਇੱਕ ਗੱਲ ਕਹਿ ਦਵਾਂ ਵੀ ਦੇਖੋ ਦੋਸਤੋ ਪੇਪਰ ਜਿਹੜਾ ਹੁੰਦਾ ਨਾ ਪੰਜਾਬ ਪੁਲਿਸ ਕੌਨਸਟੇਬਲ ਦਾ ਜਾਂ ਫਿਰ ਕਿਸੇ ਵੀ ਭਰਤੀ ਦਾ ਲਾ ਲਓ ਤੁਸੀਂ ਜੇਕਰ ਤੁਸੀਂ ਕਲਰਿਕ ਕਲੈਰੀਕਲ ਵੀ ਭਰੇ ਆ ਮੈਂ ਬੱਚਿਆਂ ਨੂੰ ਬੱਚੇ ਮੈਨੂੰ ਬਹੁਤ ਪੁੱਛਦੇ ਆ ਵੀ ਸਰ ਅਸੀਂ ਨਾ ਅਪਰੋਚ ਲੈ ਕਰ ਰਹੇ ਆ ਸਾਰੇ ਸਬਜੈਕਟਾਂ ਨੂੰ ਸਾਰੇ ਸਬਜੈਕਟ ਨੂੰ ਅਪਰੋਚ ਕਰਕੇ ਮੈਂ ਤਾਂ ਹੈਰਾਨ ਹੈ ਇਹਨਾਂ ਦੇ ਕਮੈਂਟ ਸੈਕਸ਼ਨ ਪੜ੍ਹ ਕੇ ਵੀ ਇਹ ਸਾਰੇ ਸਬਜੈਕਟਾਂ ਦੀ ਅਪਰੋਚ ਕਿਵੇਂ ਕਰ ਰਹੇ ਆ ਦੋਸਤੋ ਦੇਖੋ ਵੀ ਜਿੰਦਗੀ ਦੇ ਵਿੱਚ ਨਾ ਇਹ ਇੱਕ ਤੀਚਾ ਮੰਨ ਲਵੋ ਮੈਂ ਤੁਹਾਨੂੰ ਦਸਾਈ ਦਸਾਂ ਕਿਉਂਕਿ ਜੇ ਤੁਸੀਂ ਸਫਲਤਾ ਪਾਣੀ ਹੈ ਕਿਸੇ ਨਾ ਕਿਸੇ ਇੱਕ ਭਰਤੀ ਵਿੱਚ ਠੀਕ ਹੈ ਜਿਵੇਂ ਆ ਕਨਸਟੇਬਲ ਦਾ ਮੈਂ ਹੁਣ ਖੋਲਿਆ ਹੋਇਆ ਹੈ ਤੁਹਾਡੇ ਸਾਹਮਣੇ ਠੀਕ ਹੈ ਜੀ ਕਨਸਟੇਬਲ ਦਾ ਇਹਦੇ ਵਿੱਚ ਤੁਸੀਂ ਆ ਦੇਖੋ ਆ ਸਬਜੈਕਟ ਤੁਹਾਨੂੰ ਮੈਂ ਕੋਈ ਦਿਖਾਣਾ ਠੀਕ ਹੈ ਮੈਂ ਕੁਝ ਨਹੀਂ ਦੱਸਣਾ ਹੁਣ ਸਿਲੇਬਸ ਬਾਰੇ ਸਿਲੇਬਸ ਤੁਹਾਡੇ ਕੋਲ ਸਾਰਿਆਂ ਕੋਲ ਹੈਗਾ ਤੁਸੀਂ ਇੰਸਟੀਚੂਟ ਜੁਆਇਨ ਕਰ ਲਏ ਹੋਣੇ ਜਾਂ ਫਿਰ ਬੁੱਕਸ ਲੈ ਲਈਆਂ ਹੋਣੀਆਂ ਜੇ ਨਹੀਂ ਲਿੱਤੀਆਂ ਕੋਈ ਚੱਕਰ ਨਹੀਂ ਹੌਲੀ ਹੌਲੀ ਸਭ ਐਕਸਪੀਰੀਅੰਸ ਹੋ ਜਾਊਗਾ YouTube ਉੱਤੇ ਤੁਸੀਂ ਕਲਾਸਾਂ ਲਾਓ ਜਿਹੜੇ ਫ੍ਰੀ ਆਫ ਕੋਸਟ ਦਿੰਦੇ ਆ ਜਿਹੜੇ ਨਹੀਂ ਦਿੰਦੇ ਜਾਂ ਫਿਰ ਜਿਹੜੇ ਕਹਿਣ ਦਾ ਪਾਉ ਬੁੱਕਸ ਵਗੈਰਾ ਨੋਟਸ ਵਗੈਰਾ ਜਾਂ ਲੋਕਲ ਲੱਗੇ ਆ ਉਹ ਸਾਰੇ ਉਹੀ ਚੀਜ਼ਾਂ ਲਾਓ ਤਾਂ ਕਿ ਤੁਹਾਨੂੰ ਐਕਸਪੀਰੀਅੰਸ ਹੋਵੇ ਕਿਉਂਕਿ ਐਣੀ ਗਾ ਵੀ ਇੱਕ ਇੰਸਟੀਚਿਊਟ ਤੁਹਾਨੂੰ ਪਾਸ ਕਰਾ ਦੂਗਾ ਬਹੁਤ ੱੱਕੇ ਖਾਣੇ ਪੈਂਦੇ ਉਦੋਂ ਉਦੋਂ ਬਾਅਦ ਜਾ ਕੇ ਮੁੱਦਤਾਂ ਤੋਂ ਬਾਅਦ ਨੌਕਰੀ ਮਿਲਦੀ ਹੈ ਉਹ ਵੀ ਤਾਂ ੱੱਕੇ ਖਾਂਦੇ ਜਿਹੜਾ ਬੰਦਾ ਮਿਹਨਤੀ ਹੁੰਦਾ ਠੀਕ ਹੈ ਕਿਉਂਕਿ ਜੇ ਮੈਂ ਕਹਾਂਗਾ ਵੀ ਆਹ ਚੀਜ਼ ਕਰ ਲਓ ਆਹ ਚੀਜ਼ ਕਰ ਲਓ ਉਹਦੇ ਨਾਲ ਨਹੀਂ ਤਰੱਕੀ ਮਿਲਣੀ ਤਰੱਕੀ ਉਦੋਂ ਮਿਲੂਗੀ ਜਦੋਂ ਤੁਹਾਨੂੰ ਖੁਦ ਨੂੰ ਸੰਘਰਸ਼ ਕਰਨਾ ਪਿਆ ਤੁਹਾਨੂੰ ਪਤਾ ਲੱਗਿਆ ਵੀ ਇਹ ਚੀਜ਼ਾਂ ਨਾਲ ਸਾਨੂੰ ਤਰੱਕੀ ਮਿਲਣੀ ਹੈ ਚਲੋ ਇਹ ਗੱਲਾਂ ਵੱਖਰੀਆਂ ਇਹ ਤੁਹਾਡੇ ਸਮਾਂ ਅੰਤੇ ਤੁਹਾਨੂੰ ਆਪਣੇ ਆਪ ਜਾਨੂ ਹੋ ਜਾਓਗੇ ਹਜੇ ਤਾਂ ਤੁਹਾਨੂੰ ਇਦਾਂ ਹੀ ਲੱਗੂਗਾ ਵੀ ਸਰ ਸਾਡਾ ਕਹਿੰਦਾ ਪਾਵ ਡੀਮੋਟੀਵੇਟ ਕਰ ਰਿਹਾ ਡੀਮੋਟੀਵੇਟ ਨਹੀਂ ਜਦੋਂ ਸੰਘਰਸ਼ ਕਰੋਗੇ ਆਪਣੇ ਆਪ ਤੁਸੀਂ ਆਪਣੇ ਆਪ ਨੂੰ ਕਾਬਿਲ ਬਣਾਉਗੇ ਇਹਨਾਂ ਚੀਜ਼ਾਂ ਦੇ ਠੀਕ ਹੈ ਸੋ ਮੈਂ ਹਮੇਸ਼ਾ ਸਟੂਡੈਂਟ ਦੇ ਉਤੇ ਹੀ ਪ੍ਰਭਾਵ ਪਾਣਾ ਵੀ ਆਪਣੇ ਪੈਰਾਂ ਤੇ ਖੜਾ ਹੋ ਕਿਸੇ ਦੀ ਕੈਂਦਪਤ ਨੂੰ ਲੋੜ ਨਾ ਪਵੇ ਠੀਕ ਹੈ ਕੱਲ ਨੂੰ ਲਾਈਫ ਦੇ ਵਿੱਚ ਵੀ ਤੁਸੀਂ ਆਪਣੇ ਪਰਵਾਹ ਨੂੰ ਖੁਦ ਸਾਹਮਣਾ ਨਾ ਕਿਸੇ ਤੁਹਾਡੇ ਦੋਸਤ ਮਿੱਤਰ ਨੇ ਨਾ ਮੈਂ ਤੁਹਾਡੇ ਨਾਲ ਤੁਰਨਾ ਠੀਕ ਹੈ ਜੀ ਸੋ ਇਸੇ ਕਰਕੇ ਹੁਣੇ ਤੋਂ ਹੀ ਤੁਹਾਡਾ ਇਹ ਕੰਮ ਸ਼ੁਰੂ ਹੋ ਰਿਹਾ ਹੈ ਹੁਣ ਦੇਖੋ ਦੋਸਤੋ ਹਰੇਕ ਸਬਜੈਕਟ ਦੀ ਵੱਖਰੀ ਅਪਰੋਚ ਹੁੰਦੀ ਹੈ ਦੇਖੋ ਹੁਣ ਬਹੁਤ ਸਾਰੇ ਬੱਚੇ ਪੀਟਸਪੀਬੀ ਦੇ ਇਗਜ਼ਾਮ ਵੀ ਦੇ ਰਹੇ ਆ ਪੀਟਸਪੀਬੀ ਦੇ ਵਿੱਚ ਜਰਨਲ ਅਵੇਅਰਨੈਸ ਬਹੁਤ ਨੰਬਰਾਂ ਦੀ ਆਉਂਦੀ ਹੈ 25 ਨੰਬਰਾਂ ਦੀ ਠੀਕ ਹੈ ਇੰਗਲਿਸ਼ ਪੰਜਾਬੀ ਦੇ ਵਿੱਚ ਹੀ ਉਹਨਾਂ ਨੂੰ 30 ਜਾਂ 35 ਨੰਬਰ ਮਿਲ ਜਾਂਦੇ ਆ ਕਿਉਂਕਿ 15 ਨੰਬਰ ਦੀ ਪੰਜਾਬੀ ਮੈਨੂੰ ਲੱਗਦਾ 12-13 ਨੰਬਰ ਦੀ ਉਹਨਾਂ ਦੀ ਜਿਹੜੀ ਹੈਗੀ ਹੈ ਇੰਗਲਿਸ਼ ਹੁੰਦੀ ਹੈ ਤੇ ਕੰਪਿਊਟਰ ਵੀ ਕਾਫੀ ਨੰਬਰਾਂ ਦਾ ਹੁੰਦਾ 10-15 ਨੰਬਰ ਦਾ ਤੇ ਇਸ ਤੇ ਇਹ ਜੇਕਰ ਪੰਜਾਬ ਪੁਲਿਸ ਦੇ ਵਿੱਚ ਲਈਏ ਇਹਨਾਂ ਵਿੱਚ ਪੰਜਾਬ ਪੁਲਿਸ ਦੇ ਵਿੱਚ ਆਪਣੀ ਜ਼ਿਆਦਾ ਅਪਰੋਚ ਕਿਨਾਂ ਨੂੰ ਹੋ ਰਹੀ ਹੈ ਇੱਕ ਤਾਂ ਤੁਹਾਡੀ ਮੈਥ ਹੋ ਗਿਆ ਇੱਕ ਮੈਂਟਲ ਅਬਿਲਟੀ ਤੁਹਾਡੀ ਕਿਉਂਕਿ 20 20 ਕੁਐਸਚਨ 40 ਕੁਐਸਚਨ ਤਾਂ ਇਹ ਹੋਗੇ 35 ਨੰਬਰ ਦੀ ਤੁਹਾਡੀ ਜੀਕੇ ਹੋਗੀ ਤੇ ਉਸ ਤੋਂ ਬਾਅਦ ਇੰਗਲਿਸ਼ ਪੰਜਾਬੀ ਤਾਂ ਚਲੋ ਤੁਹਾਡੀ ਉਹਨਾਂ ਵਿੱਚ ਜੇ ਕਰ ਰਹੇ ਹੋ ਤਾਂ ਇੱਥੇ ਤੁਸੀਂ ਇਸਾਨੀ ਨਾਲ ਕਰ ਲੋਗੇ ਬਸ ਲਗਭਗ ਇਹ ਗੱਲ ਹੈ ਦੋਸਤੋ ਹਰੇਕ ਭਰਤੀ ਦੀ ਅਲੱਗ ਅਪਰੋਚ ਹੁੰਦੀ ਹੈ ਇਹ ਨਾ ਸੋਚਿਓ ਵੀ ਮੈਂ ਹਰੇਕ ਸਬਜੈਕਟ ਕਰ ਰਿਹਾ ਤਾਂ ਕਹਿੰਦਾ ਪਾਵ ਉਹਨਾਂ ਵਾਂਗੂ ਹੀ ਕਰ ਰਿਹਾ ਜਿਵੇਂ ਪੀਟਰ ਪਲੱਸ ਬੀ ਵਾਲੇ ਪੇਪਰ ਕੱਢ ਦੂੰਗਾ ਤੇ ਇਹ ਵੀ ਨਾਲ ਕੱਢ ਦੂੰਗਾ ਦੋਸਤੋ ਮੈਂ ਬਸ ਇਹੀ ਕਹੂੰਗਾ ਵੀ ਜੇ ਤੁਸੀਂ ਪੇਪਰ ਕਲੀਅਰ ਕਰਨਾ ਹੈ ਹਾ ਇਹ ਸੋਚ ਲਵੋ ਵੀ ਕਿਹੜੀ ਭਰਤੀ ਦਾ ਕਰਨਾ ਹੈ ਠੀਕ ਹੈ ਬਾਕੀ ਦੂਸਰੀਆਂ ਭਰਤੀਆਂ ਜੇ ਭਰੀਆਂ ਹਾਂ ਪੈਸੇ ਜ਼ਰੂਰ ਲੱਗੇ ਆ ਬਟ ਉਹਨਾਂ ਵਿੱਚ ਸੀਟਾਂ ਵੀ ਵੇਖੋ ਕਿੰਨੀਆਂ ਘੱਟ ਆ ਕਿਸੇ ਵਿੱਚ 256 ਕਿਸੇ ਵਿੱਚ 62 ਕਿਸੇ ਵਿੱਚ 80 180 ਹੈ ਕੀ ਪਤਾ ਤੁਹਾਡਾ ਉੱਥੇ ਲੱਕ ਨਾ ਬਣਿਆ ਇਹਦੇ ਵਿੱਚ 1746 ਪੋਸਟਾਂ ਆ 1746 ਵਿੱਚ ਇੱਕ ਵੀ ਪੋਸਟ ਜੇ ਤੁਹਾਡੀ ਲਿਖੀ ਹੋਈ ਤਾਂ ਦੇਖ ਲਓ ਤੁਹਾਡਾ ਲੱਕ ਕਿੰਨਾ ਚੰਗਾ ਹੋਊਗਾ ਉਤੋਂ ਵਰਦੀ ਵਾਲੀ ਜੋਬ ਹੈ ਉਤੋਂ ਗਾਂ ਜਾ ਕੇ ਜੇ ਤੁਸੀਂ ਪ੍ਰੋਮੋਸ਼ਨਲ ਲੈ ਲਿਆ ਉਹਨਾਂ ਵਿੱਚ ਤਾਂ ਪ੍ਰੋਮੋਸ਼ਨਲ ਵੀ ਹੈ ਨਹੀਂ ਇਹਨਾਂ ਵਿੱਚ ਪ੍ਰੋਮੋਸ਼ਨਲ ਲੈ ਲਿਆ ਤੁਹਾਡੇ ਮਾਪਿਓਂ ਤੁਹਾਡੇ ਦੋਸਤ ਮਿੱਤਰ ਮਾਣ ਕਰਨਗੇ ਵੀ ਅੱਜ ਮੇਰਾ ਦੋਸਤ ਜਾਂ ਪੁੱਤਰ ਜਾਂ ਫਿਰ ਕਹਿੰਦਾ ਪੋਹਹਾਣੀ ਉਹ ਇੱਥੇ ਥਾਣੇ ਵਿੱਚ ਐਸਆਈ ਹੈ ਸਬ ਇੰਸਪੈਕਟਰ ਹੈ ਗਾਹਾਂ ਜਾਂ ਕਿਉਂ ਨਾ ਇੰਸਪੈਕਟਰ ਮਿਲਣਾ ਹੈ ਇਹ ਰੈਂਕ ਬਦਨੇ ਆ ਉਹਨਾਂ ਪੋਸਟਾਂ ਵਿੱਚ ਬਸ ਇੰਨਾ ਵੀ ਤੁਸੀਂ ਘਰ ਚਲਾ ਸਕਦੇ ਹੋ ਬਾਕੀ ਵੀ ਦੋਸਤੋ ਮਿਹਨਤ ਦਾ ਮੁੱਲ ਉਦੋਂ ਹੀ ਮਿਲਣਾ ਜਦੋਂ ਤੁਸੀਂ ਖੁਦ ਸੰਘਰਸ਼ ਕੀਤੇ ਆਪਣੇ ਮਾਪਿਓ ਦੀਆਂ ਅੱਖਾਂ ਨੂੰ ਵੇਖਿਆ ਵੀ ਮਾਪਿਓ ਦੇ ਜਿਹੜੀਆਂ ਅੱਖਾਂ ਤਰਸ ਰਹੀਆਂ ਤੁਹਾਨੂੰ ਵਰਦੀ ਵਿੱਚ ਵੇਖਦੇ ਆ ਇਹ ਜਿੰਨਾ ਬਹੁਤ ਬਹੁਤ ਮੋਟੀਵੇਟ ਕਰਦੀਆਂ ਤੁਹਾਡੇ ਭੈਣ ਭਰਾਵਾਂ ਨੂੰ ਠੀਕ ਹੈ ਜੀ ਸੋ ਮੈਂ ਤਾਂ ਇਹੀ ਕਹੂੰਗਾ ਵੀ ਪਹਿਲਾਂ ਤਾਂ ਤੁਸੀਂ ਇਹ ਅਪਰੋਚ ਨੂੰ ਸਹੀ ਕਰੋ ਠੀਕ ਹੈ ਦੂਸਰੀ ਗੱਲ ਹੈ ਵੀ ਇੱਕ ਟੀਚਾ ਰੱਖੋ ਇੱਕ ਜਾਂ ਦੋ ਟੀਚੇ ਰੱਖੋ ਵੀ ਹਾਂ ਵੀ ਮੈਂ ਜੇ ਭਰਤੀ ਨਾ ਕਰਿਆ ਕੋਈ ਮੈਂ ਉਹ ਭਰਤੀ ਕੋਸ਼ਿਸ਼ ਕਰੂੰਗਾ ਕਿਉਂਕਿ ਹਰੇਕ ਭਰਤੀ ਵਿੱਚ ਡਿਫਰੈਂਸ ਹੋਊਗਾ ਕਹਿੰਦਾ ਪਬਜੀਕਰ ਅੱਜ ਕਨਸਟੇਬਲ ਦੀ ਆਪਾਂ ਮੰਨੀਏ ਜੇ ਸਤੰਬਰ ਚ ਪੇਪਰ ਹੋਇਆ ਐਗਜ਼ਾਮਪਲ ਲਾ ਰਿਹਾ ਸੱਚੀ ਨਾ ਸਮਝ ਜਿਓ ਠੀਕ ਹੈ ਜੀ ਜੁਲਾਈ ਚ ਸ਼ਾਇਦ ਪੇਪਰ ਸ਼ੁਰੂ ਹੋਣੇ ਆ ਕਿਉਂਕਿ ਆਪਣੇ ਕੋਲ ਹਜੇ ਤੱਕ ਇਹੀ ਜਾਣਕਾਰੀਆਂ ਪਹੁੰਚ ਰ ਮਗਰ ਜੂਨ ਦੇ ਵਿੱਚ ਤਾਂ ਕੋਈ ਹੈ ਨਹੀਂ ਜੂਨ ਦੇ ਵਿੱਚ ਤਾਂ ਖੁਸ਼ੀਆਂ ਮਨਾਣੀਆਂ ਲੱਡੂ ਵੰਡਣੀਆਂ ਲੋਕ ਸਭਾ ਚ ਕੌਣ ਜਿੱਤਿਆ ਪੰਚਾਇਤ ਦੇ ਵਿੱਚ ਹੁਣ ਆਣਗੇ ਇਲੈਕਸ਼ਨ ਉਹ ਵੀ ਹੋਣੇ ਆ ਬਹੁਤ ਸਾਰਾ ਕੁਝ ਇਹੋ ਜਿਹਾ ਚੱਲਣਾ ਜੂਨ ਜੁਲਾਈ ਤੱਕ ਇਹੀ ਚੱਲਣਾ ਬਾਅਦ ਚ ਤੁਹਾਡੀਆਂ ਕੰਮੇ ਸ਼ੁਰੂ ਹੋਣੇ ਆ 2024 ਤੁਹਾਡੇ ਲਈ ਲੱਕੀ ਹੈ ਵੈਸੇ ਇੱਕ ਸਾਬ ਦਾ ਬਾਕੀ ਏਜ ਫੈਕਟਰ ਵਾਲੇ ਲਈ ਔਖਾ ਹੈ ਕਿਉਂਕਿ ਏਜ ਫੈਕਟਰ ਲੰਘ ਜਣਾ ਹੈ ਮੇਨ ਗੱਲ ਹੈ ਉਹਨਾਂ ਲਈ ਲੱਕੀ ਹੈ ਜਿਨਾਂ ਕੋਲ ਟਾਈਮ ਘੱਟ ਹੈ ਹਨਾ ਜੇ ਟਾਈਮ ਜ਼ਿਆਦਾ ਹੈ ਮਤਲਬ ਕਹਿੰਦਾ ਪਾ ਤਾਂ ਉਹਨਾਂ ਕੋ تیاری ਕਰਨ ਦਾ ਮੌਕਾ ਬਹੁਤ ਸੋਹਣਾ ਹੈ ਬਸ ਤੁਸੀਂ ਕਰਨਾ ਕੀ ਦੋ ਸਿਰ ਸੁੱਟ ਕੇ ਮਿਹਨਤ ਕਰ ਲਵੋ ਠੀਕ ਹੈ ਮੈਂ ਬਸ ਇਹੀ ਕਹੂੰਗਾ ਦੂਜੀ ਗੱਲ ਹੈ ਦੋਸਤੋ ਵੀ ਹੁਣ ਜਿਹੜਾ ਇਹ ਕਨਸਟੇਬਲ ਦਾ ਜਿਹੜਾ ਪੇਪਰ ਹੈ ਕਨਸਟੇਬਲ ਦੇ ਪੇਪਰ ਦੇ ਵਿੱਚ ਈਸੀਐਸ ਕੋਈ ਵੀ ਪੇਪਰ ਦੇ ਵਿੱਚ ਚੇਂजेस ਨਹੀਂ ਲੈ ਕੇ ਆਉਂਦੀ ਤੁਸੀਂ ਬਹੁਤ ਵੱਡੇ ਵਹਿਮ ਦੇ ਵਿੱਚੋਂ ਗੁਜ਼ਰ ਰਹੇ ਹੋ ਠੀਕ ਹੈ ਈਸੀਐਸ ਪੇਪਰ ਦੇ ਵਿੱਚ ਲੈਵਲ ਜ਼ਰੂਰ ਵਧਿਆ ਕਰ ਦਿੰਦੀ ਹੈ ਮਗਰ ਇਹ ਕਾਪੀ ਕਰਦੀ ਹੈ ਪਿਛਲੇ ਪੇਪਰਾਂ ਨੂੰ ਤੇ ਆਉਣ ਵਾਲੇ ਜਿਹੜੇ ਨਵੇਂ ਐਸਐਸਸੀ ਦੇ ਪੇਪਰ ਹੈ ਉਹਨਾਂ ਨੂੰ ਕਾਪੀ ਕਰ ਰਹੀ ਹੈ ਐ ਨਹੀਂਗਾ ਵੀ ਤੁਹਾਨੂੰ ਕਹਾਂ ਮੈਂ ਵੀ ਕਨਸਟੇਬਲ ਦੇ ਪੁਰਾਣੇ ਪੇਪਰ ਕਰ ਲਵੋ ਪੁਰਾਣੇ ਪੇਪਰ ਸਾਰੇ ਮੋੜ ਹੈਗੇ ਆ ਉਹਨਾਂ ਨੂੰ ਤਾਂ ਜਾਇਜ਼ ਬੰਦਾ ਕਿਉਂਕਿ ਉਹ ਸਿਲੇਬਸ ਕਰ ਕਰ ਰੱਖ ਗਏ ਆ ਉਹਨਾਂ ਨੇ ਤਾਂ ਪ੍ਰੈਕਟਿਸ ਕਰਨੀ ਆ ਤੁਸੀਂ ਐਵੇਂ ਉਹਨਾਂ ਨਾਲ ਰਲ ਰਹੇ ਹੋ ਤੇ ਆਪਣੀ ਮਿਹਨਤ ਖਰਾਬ ਕਰ ਰਹੇ ਹੋ ਤੁਸੀਂ ਪਹਿਲਾਂ ਥਿਊਰੀ ਵਰਕ ਕੰਪਲੀਟ ਕਰੋ ਫਿਰ ਪੁਰਾਣੇ ਪੇਪਰ ਜਿਹੜਾ ਪੇਪਰਾਂ ਦੇ ਨੇੜੇ ਚੱਕੀਓ ਤਾਂ ਕਿ ਤੁਹਾਨੂੰ ਸਮਝ ਆ ਜਾ ਸਕੇ ਵੀ ਜਿਹੜਾ ਹੁਣ ਅਸੀਂ ਪੜਿਆ ਉਹ ਸਾਡੇ ਪੱਲੇ ਪਿਆ ਜਾਂ ਨਹੀਂ ਜਦੋਂ ਤੁਸੀਂ ਪੇਪਰਾਂ ਦੇ ਨੇੜੇ ਚੱਕੋਗੇ ਇੱਕ ਪ੍ਰੈਕਟਿਸ ਹੋਊਗੀ ਉਸ ਦੇ ਦੌਰਾਨ ਤੁਹਾਨੂੰ ਪੇਪਰ ਦੇ ਵਿੱਚ ਵੀ ਐ ਲੱਗੂਗਾ ਮੈਂ ਪੇਪਰ 'ਤੇ ਬੈਠਾ ਹਾਂ ਠੀਕ ਹੈ ਸੋ ਇਸੇ ਕਰਕੇ 2023 ਦੇ ਵਿੱਚ ਜਿਹੜੇ ਬੱਚਿਆਂ ਨੇ ਪੇਪਰ ਦਿੱਤਾ ਸੀ ਉਨ੍ਹਾਂ ਦਾ ਵੀ ਸਿਲੇਬਸ ਸੇਮ ਹੀ ਸੀ ਠੀਕ ਹੈ ਬਹੁਤ ਸਾਰੇ ਨਵੇਂ ਬੱਚੇ ਸੋਚ ਰਹੇ ਆ ਸਿਲੇਬਸ ਚੇਂजेस ਹੈ ਨਹੀਂ ਜੀ ਸਿਲੇਬਸ ਉਹੀ ਹੈ ਇੱਕ ਅੱਧਾ ਚੈਪਟਰ ਜ਼ਰੂਰ ਆਪਣਾ ਆ ਜਾਂਦੇ ਜਿਵੇਂ ਟਾਈਮ ਐਂਡ ਡਿਸਟੈਂਸ ਆ ਗਿਆ ਸੀਕੁਐਂਸਿੰਗ ਹੈ ਰਹੀ ਹੋ ਜਾਂ ਰੀਜ਼ਨਿੰਗ ਦੇ ਚੈਪਟਰ ਆ ਜਾਂਦੇ ਘਬਰਾਉਣ ਦੀ ਲੋੜ ਨਹੀਂ ਅੱਜ ਕੱਲ ਇੰਸਟੀਚਿਊਟ ਵਾਲੇ ਜਦੋਂ ਪੈਕੇਜ ਦਿੰਦੇ ਆ ਹਰੇਕ ਚੈਪਟਰ ਕਰਾਉਂਦੇ ਆ ਹੁਣ ਉਹ ਉਹ ਵਾਲੀਆਂ ਗੱਲਾਂ ਗਈਆਂ ਵੀ ਜੇ ਕਨਸਟੇਬਲ ਦਾ ਜਿਹੜਾ ਸਿਲੇਬਸ ਹੈ ਉਹੀ ਕਰਾਵਾਂਗੇ ਸੋ ਇਸੇ ਕਰਕੇ ਤੁਸੀਂ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਮਿਹਨਤ ਕਰੋ ਬਾਕੀ ਸਬ ਇਨਸਪੈਕਟਰ ਦੇ ਵਿੱਚ ਜੋ ਸਿਲੇਬਸ ਦਿੱਤਾ ਆ ਉਸ ਨੂੰ ਕਾਪੀ ਕਰਕੇ ਤੁਸੀਂ ਕਰ ਸਕਦੇ ਹੋ ਕਿਉਂਕਿ ਉਹ ਵੀ ਸਿਮਿਲਰ ਹੀ ਆ ਬਸ ਜੀਕੇ ਨੂੰ ਛੱਡ ਕੇ ਠੀਕ ਹੈ ਜੀ ਜੀਕੇ ਨਹੀਂ ਕਰਨੀ ਤੁਹਾਨੂੰ ਬਾਕੀ ਦੋਸਤੋ ਮੈਂ ਜਿਹੜੀਆਂ ਪਹਿਲੀਆਂ ਸ਼ੁਰੂਆਤ ਚ ਗੱਲਾਂ ਕਹੀਆਂ ਉਹ ਤੁਹਾਨੂੰ ਪ੍ਰਭਾਵ ਪਾਈਆਂ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਇਸ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਭੈਣ ਭਰਾਵਾਂ ਤੱਕ ਬਾਕੀ ਮਿਲਦੇ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੁਹਾਨੂੰ ਹੋਰ ਵੀ ਇਨਫੋਰਮੇਸ਼ਨਸ ਦੇਣੀ ਹੈ ਤੇ ਮੈਂ ਉਮੀਦ ਕਰਦਾ ਮੇਰੇ ਭੈਣ ਭਰਾਵਾਂ ਨੂੰ ਮੇਰਾ ਚੈਨਲ ਵਧੀਆ ਲੱਗਦਾ ਹੋਊਗਾ ਕਿਉਂਕਿ ਇੱਕ ਮੋਟੀਵੇਸ਼ਨ ਦੇਣੀ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਅੱਜ ਦੇ ਜਮਾਨੇ ਵਿੱਚ ਬਹੁਤ ਸਾਰੇ ਇਹੋ ਜਿਹੇ ਇੰਸਟੀਟਿਊਟ ਨੇ ਉਹ ਬਸ ਇਹੀ ਪਾਲਦੇ ਨੇ ਵੀ ਬੱਚਿਆਂ ਨੂੰ ਕਹਿੰਦਾ ਪਾਉ ਉਹ ਪੈਕੇਜ ਵੜਦੀ ਏ ਬਟ ਬੱਚੇ ਨੂੰ ਜਿੰਨਾ ਜਿਕ ਮੋਟੀਵੇਸ਼ਨ ਨਹੀਂ ਹੋਊਗੀ ਬੱਚਿਆਂ ਦੇ ਮਨ ਦੇ ਅੰਦਰ ਪ੍ਰੈਸ਼ਰ ਨਹੀਂ ਪਾਣਗੇ ਵੀ ਹਾਂ ਵੀ ਤੂੰ ਕੁਝ ਕਰਨਾ ਹੈ ਉਹਨਾਂ ਜਿਕਰ ਕੋਈ ਬੱਚਾ ਕਰੈਕ ਨਹੀਂ ਕਰ ਸਕਦਾ ਹਾਂ ਇਹ ਜ਼ਰੂਰ ਹੈ ਬਹੁਤ ਸਾਰੇ ਇੰਸਟੀਟਿਊਟ ਵਾਲੇ ਤੁਹਾਨੂੰ ਫ੍ਰੀ ਪੈਕੇजेस ਵੀ ਦੇ ਰਹੇ ਆ ਫ੍ਰੀ ਸਟਡੀ ਵੀ ਕਰਾ ਰਹੇ ਬਟ ਉਹਨਾਂ ਦਾ ਤਾਂ ਹੀ ਮਤਲਬ ਪਊਗਾ ਜੇਕਰ ਤੁਸੀਂ ਧਿਆਨ ਦਉਗੇ ਠੀਕ ਹੈ ਧਿਆਨ ਤਾਂ ਹੀ ਪਊਗਾ ਜੇਕਰ ਬੱਚੇ ਨੂੰ ਪ੍ਰੈਸ਼ਰ ਕ੍ਰੀਏਟ ਕੀਤਾ ਹੋਊਗਾ ਜਿਵੇਂ ਸਿੱਧੂ ਮਸੇਵਾਲੇ ਬਾਈ ਜੀ ਦਾ ਤੁਸੀਂ ਗਾਣਾ ਸੁਣ ਕੇ ਗੁੱਸੇ 'ਚ ਆ ਜੰਨੇ ਹੋ ਰਨਿੰਗ ਕਰਾ ਲਓ ਚਾਹੇ ਜਿਮ ਕਰਾ ਲਓ ਤੇ ਕਰਦੇ ਤਾਂ ਨਾ ਉਵੇਂ ਹੀ ਸਾਡੀ ਵੀਡੀਓ ਕੋਸ਼ਿਸ਼ ਕਰਦੀ ਹੋਵੇ ਤੋਰੋਂ ਪੜਨ ਲਾ ਦੀਏ ਹਨਾ ਜੀ ਸੋ ਇਸੇ ਕਰਕੇ ਮੇਰੇ ਵੀਰ ਭੈਣਾਂ ਭਰਾ ਜਿਹੜੇ ਵੀ ਹੈਗੇ ਆ ਇਹ ਇਸ ਵੀਡੀਓਜ਼ ਨੂੰ ਦੇਖਦੇ ਆ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਹੋਰਾਂ ਬੱਚਿਆਂ ਦੇ ਵਿੱਚ ਵੀ ਇਹੋ ਜਿਹੀਆਂ ਭਾਵਨਾਵਾਂ ਇਕੱਠੀਆਂ ਹੋਣ ਤੇ ਤਿਆਰੀ ਕਰਨੀ ਸ਼ੁਰੂ ਕਰਨ ਮਿਲਦੇ ਆਪਾਂ ਅਗਲੀ ਵੀਡੀਓ ਧੰਨਵਾਦ ਤੇ ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ